दैनिक सवेरा टीवी वेख रहे दर्शकों का स्वागत है। पंजाब यूनिवर्सिटी चंडीगढ़ की विद्यार्थी कौंसल के चोणों के नतीजे लगभग सामने ने। NSUI ने प्रधानगी की जिहड़ी सीट है उहदे ते कब्जा कर लिया। पिछले साल यह आम आदमी पार्टी दे वल्लों जिहड़ी विद्यार्थी जथेबंदी मैदान च पहली बार उतारी गई सी पंजाब यूनिवर्सिटी च, उसने कब्जा किया सीगा इस कौंसल की बॉडी के उत्ते। पर हुण NSUI की एक बार दुबारा वापसी हुई है, क्योंकि इस तो पहला ABBP का काफ़ी समा कब्जा रहा, सोपू का कब्जा रहा, जिहड़ी अकाली दल नाल संबंधित जथेबंदियां ने उन्होंने ਦਾ ਕਬਜ਼ਾ ਰਿਹਾ ਹੈ। ਤੇ ਇਸ ਵਕਤ ਪੰਜਾਬ ਸਟੇਟ ਪ੍ਰੈਜ਼ੀਡੈਂਟ NSUI ਈਸ਼ਰਪ੍ਰੀਤ ਸਿੱਧੂ ਇਸ ਵਕਤ ਜੁੜੇ ਹੋਏ ਨੇ ਦੈਨਿਕ ਸਵੇਰਾ ਨਾਲ। ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ। ਪਹਿਲਾਂ ਤਾਂ ਮੁਬਾਰਕਾਂ ਜੀ ਤੁਹਾਨੂੰ। ਬਹੁਤ ਬਹੁਤ ਧੰਨਵਾਦ ਜੀ, ਤੁਹਾਨੂੰ ਵੀ ਮੁਬਾਰਕਾਂ। ਕਿਸ ਤਰ੍ਹਾਂ ਦੇਖ ਰਹੇ ਹੋ ਇੱਕ ਸਾਲ 'ਚ ਇੰਨਾ ਵੱਡਾ ਟਵਿਸਟ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਰਾਜਨੀਤੀ 'ਚ ਆਇਆ ਜੀ? ਦੇਖੋ ਜੀ, ਜਿਹੜਾ ਟਵਿਸਟ ਆਇਆ ਨਾ ਜੀ, ਇਹ ਜਿਹੜੇ ਮੁੱਦੇ ਸੀਗੇ ਸਟੂਡੈਂਟਾਂ ਦੇ ਮੁੱਦੇ ਸੀਗੇ, ਜਿਹਨਾਂ ਪਿਛਲੀ ਵਾਰੀ CYSS ਨੇ ਜਿੱਤਿਆ ਕਾਉਂਸਲ ਬਣਾਈ, ਝੂਠ ਬੋਲ ਕੇ ਉਹਨਾਂ ਨੇ ਕਾਉਂਸਲ ਬਣਾਈ, ਜਿੱਦਾਂ ਕਿ ਆਪਣੇ ਪੰਜਾਬ 'ਚ ਆਪਾਂ ਦੇਖਦੇ ਹਾਂ। ਜੇ ਹੁਣ ਪੰਜਾਬ 'ਚ ਇਲੈਕਸ਼ਨ ਹੋ ਜਾਣ, ਹੁਣ ਇਹ CYSS ਵਾਲੇ ਹਾਰ ਜਾਣ, ਪਰ ਜੋ ਇਹ ਯੂਨੀਵਰਸਿਟੀ 'ਚ ਹਰ ਸਾਲ ਇਲੈਕਸ਼ਨ ਹੁੰਦੇ ਤਾਂ ਹੀ ਇਹਨਾਂ ਨੂੰ ਹਾਰਦਾ ਇਹ ਮੂੰਹ ਦੇਖਣਾ ਪਿਆ। ਇਹਨਾਂ ਨੇ ਕਿਹਾ ਸੀਗਾ ਜੀ 50 ਕਰੋੜ ਦਿੱਤਾ ਹੋਸਟਲ ਬਣਾਉਣ ਨੂੰ, 1 ਰੁਪਿਆ ਨੀ ਉੱਥੇ ਆਇਆ। ਉਸ ਤੋਂ ਬਾਅਦ ਇਹਨਾਂ ਨੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀ, ਮੁੱਖ ਮੰਤਰੀ ਸਾਹਿਬ ਖੁਦ ਆਉਂਦੇ ਸੀਗੇ, ਪਰ ਉਹ ਜਦੋਂ ਚੱਕਰ ਇਹ ਪੈ ਗਿਆ ਨਾ ਕਿ ਜਦੋਂ ਸਾਰਾ ਕੁਝ ਬੱਚਿਆਂ ਨੇ ਦੇਖ ਲਿਆ ਕਿ ਇਹਨਾਂ ਨੇ ਸਿਰਫ ਗੱਲਾਂ ਹੀ ਕਰਨੀਆਂ ਨੇ, ਇਸ ਲਈ CYSS ਨੂੰ ਹਾਰ ਦਾ ਮੂੰਹ ਦੇਖਣਾ ਪਿਆ ਆ ਜੀ। NSUI ਦੇ ਕੋਲ ਜਿਹੜੇ ਮੁੱਦੇ ਸੀਗੇ ਨਾ ਜੀ, ਮੁੱਦੇ NSUI ਕੋਲ ਮੈਂਸਟਰੇਸ਼ਨ ਲੀਵ ਦਾ ਮੁੱਦਾ ਸੀਗਾ, ਜੋ ਕਿ ਸਾਡੀ ਭੈਣਾਂ ਵਾਸਤੇ ਬਹੁਤ ਬਹੁਤ ਹੀ ਜ਼ਿਆਦਾ ਔਖਾ ਟਾਈਮ ਹੁੰਦਾ। ਅਸੀਂ ਕਿਹਾ ਸੀਗਾ ਜੀ ਸਰ, ਜਿਹੜੇ ਤੁਸੀਂ ਮੁੱਦੇ ਗਿਣਾ ਰਹੇ ਹੋ, ਇਹ ਤੁਸੀਂ ਵਿਦਿਆਰਥੀ ਜਿਹੜੀ ਫੀਮੇਲ ਵਿਦਿਆਰਥਣ ਹੈ, ਠੀਕ ਹੈ ਜੀ ਜੀ ਜੀ, ਜਿਹੜੇ ਇਹ ਸਾਡੇ ਮੈਨੀਫੈਸਟੋ ਚ ਮੁੱਦੇ ਸੀਗੇ ਨਾ ਜੀ, ਆ ਮੈਨੀਫੈਸਟੋ ਚ ਮੁੱਦੇ ਜਿਹੜੇ ਸੀਗੇ ਸਟੂਡੈਂਟਾਂ ਵਾਸਤੇ ਸੀਗੇ, ਪਰ ਖਾਸ ਕਰਕੇ ਸਾਡੀ ਭੈਣਾਂ ਵਾਸਤੇ ਮੁੱਦੇ ਅੱਗੇ ਰੱਖੇ ਗਏ ਸੀਗੇ, ਤਾਂ ਕਿ ਜਿਹੜੀ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜਾ ਹੁੰਦਾ ਆ ਇਹ ਸਾਡੀ ਭੈਣਾਂ ਨੂੰ ਜਿਹੜਾ ਔਖਾ ਟਾਈਮ ਹੁੰਦਾ ਮੈਂਸਟਰੇਸ਼ਨ ਲੀਵ ਦਾ। ਜੀ 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 ਜੀ, ਅਸੀਂ ਕਿਹਾ ਜਦੋਂ ਇਹ ਪੀਰੀਅਡ ਆਉਣਗੇ ਅਸੀਂ ਮੈਂਸਟਰੇਸ਼ਨ ਲੀਵ ਦਵਾਵਾਂਗੇ, ਤਾਂ ਕਰਕੇ ਸਾਡੀ ਭੈਣਾਂ ਨੇ ਸਾਡੇ ਤੇ ਵਿਸ਼ਵਾਸ ਦਵਾਇਆ ਜੀ। ਤੇ ਬਾਕੀ ਤੁਸੀਂ ਦੇਖ ਹੀ ਰਹੇ ਹੋ ਕਿ ABBP ਵਾਲਿਆਂ ਦਾ ਜੋ ਮਨੀਪੁਰ 'ਚ ਹੋਇਆ ਆ ਕਿੰਨੀ ਮਾੜੀ ਗੱਲ ਹੋਈ ਆ। ਉਹੀ ਸਾਨੂੰ, ਸਾਡਾ ਪਹਿਲ ਇਹ ਸੀਗੀ ਕਿ ਕਿੱਦਾਂ ਕੁੜੀਆਂ ਨੂੰ ਇੱਜ਼ਤ ਦੇਣੀ ਹੈ, ਕੁੜੀਆਂ ਨੂੰ ਅੱਗੇ ਲੈ ਕੇ ਆਉਣਾ, ਤਾਂ ਹੀ ਅਸੀਂ ਅੱਜ ਕਾਉਂਸਲ ਦੇ ਵਿੱਚ ਆਏ ਹਾਂ। ਪੰਜਾਬ ਯੂਨੀਵਰਸਿਟੀ ਦਾ ਵਿੱਤੀ ਸੰਕਟ ਵੀ ਜਗ ਜਾਹਰ ਹੈ, ਹਾਈ ਕੋਰਟ ਤੱਕ ਗੱਲਾਂ ਗਈਆਂ ਨੇ, ਈਵਨ ਕਿ ਯੂਨੀਵਰਸਿਟੀ ਨੂੰ ਕੇਂਦਰ ਪੂਰੀ ਤਰ੍ਹਾਂ ਕੇਂਦਰ ਦੇ ਹਵਾਲੇ ਕਰ ਦੇਣ ਦੀ ਗੱਲਾਂ ਆਈਆਂ ਨੇ, ਜਾਂ ਆਟੋਨੋਮਸ ਬਾਡੀ ਦੇ ਵਿੱਚ ਬਦਲਾਅ ਦੀਆਂ ਗੱਲਾਂ ਆਈਆਂ ਨੇ, ਉਸ ਨੂੰ ਲੈ ਕੇ ਕੀ ਫੋਕਸ ਰੱਖਿਆ ਜਿਹੜਾ NSUI ਨੇ, ਜਾਂ ਕੀ ਫੋਕਸ ਰਹੇਗਾ ਅਗਲੇ ਇੱਕ ਸਾਲ ਵਾਸਤੇ? ਕਿਉਂਕਿ ਯੂਨੀਵਰਸਿਟੀ ਵਿੱਤੀ ਤੌਰ 'ਤੇ ਫਾਈਨੈਂਸ਼ਲੀ ਮਜ਼ਬੂਤ ਰਹੇਗੀ, ਟੀਚਰਾਂ ਨੂੰ ਤਨਖਾਹਾਂ ਮਿਲਣਗੀਆਂ, ਹੋਰ ਹੋਸਟਲ ਬਣਨਗੇ, ਤਾਂ ਰਾਖਵੇਂ ਨੇ ਜਿਹੜਾ ਫੰਡ ਹੈ ਨਾ, ਫੰਡ ਤਾਂ ਦੇਣਾ ਪੰਜਾਬ ਸਰਕਾਰ ਨੇ ਜੀ ਜੀ, ਠੀਕ ਹੈ ਜੀ, ਪਰ ਪੰਜਾਬ ਸਰਕਾਰ ਨੂੰ ਜੇ ਹੁਣ ਮਾੜੀ ਮੋਟੀ ਵਿੱਚ ਸ਼ਰਮ ਹੋਗੀ ਨਾ, ਪੰਜਾਬ ਸਰਕਾਰ ਨੂੰ ਪਤਾ ਹੋਊਗਾ ਕਿ ਇਹ ਝੂਠੇ ਵਾਅਦੇ ਤੇ ਝੂਠੇ ਲਾਰਿਆਂ ਨਾਲ ਕੁਝ ਵੀ ਨਹੀਂ ਹੋਣ ਵਾਲਾ ਜੀ। ਠੀਕ ਹੈ, ਅਸੀਂ ਤਾਂ ਹੈਗੇ ਤਾਂ ਬੱਚੇ ਹੀ ਹੈ, ਸਟੂਡੈਂਟ ਇਲੈਕਸ਼ਨ 'ਚ ਜਿੱਤਿਆ ਆ, ਤਾਂ ਇਹ ਬੱਚਿਆਂ ਨੇ ਜਿੱਤਿਆ ਨਾ ਜੀ ਜੀ, ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਹੁਣ ਇਹਨੂੰ ਮੰਨੇ ਕਿ ਜੇ ਜੋ ਵੀ ਹੋ ਗਿਆ ਤੇ ਜੋ ਵੀ ਹੋ ਗਿਆ ਇਹਨੂੰ ਐਕਸੈਪਟ ਕਰੇ, ਤੇ ਸਾਨੂੰ ਬੱਚਿਆਂ ਨੂੰ ਅੱਗੇ ਸਹੀ ਤਰੀਕੇ ਨਾਲ ਭੇਜੇ, ਇਹ ਸਾਨੂੰ ਝੂਠ ਨਾ ਦੱਸਣ, ਸਾਨੂੰ ਯੂਟਰਨ ਨਾ ਦੱਸਣ, ਤੇ ਫੰਡ ਜਿਹੜਾ ਵੀ ਫੰਡ ਹੈ ਨਾ, ਹੁਣ ਪੰਜਾਬ ਸਰਕਾਰ ਫੰਡ ਨਹੀਂ ਦਿੰਦੀ, ਹਰਿਆਣਾ ਆ ਕੇ ਉੱਥੇ ਬਹਿ ਜਾਂਦਾ, ਹਰਿਆਣਾ ਕਹਿੰਦਾ ਸਾਨੂੰ ਹੱਕ ਦਿਓ, ਫਿਰ ਜਦੋਂ ਉਹ ਆਪਾਂ ਸਪੇਸ ਹੀ ਕ੍ਰੀਏਟ ਕਾਹਤੇ ਕਰਦੇ ਹਾਂ, ਸਪੇਸ ਤਾਂ ਆਪਾਂ ਵੈਕਿਊਮ ਉਦੋਂ ਬਣਾਉਂਦੇ ਹਾਂ ਨਾ ਜਦੋਂ ਆਪਾਂ ਆਪਣੀ ਸਟੇਟ ਤੋਂ ਫੰਡ ਹੀ ਨਹੀਂ ਦਿੰਦੇ। ਹੁਣ ਮੇਰੀ ਬੇਨਤੀ ਹੈ ਤੁਹਾਡੇ ਚੈਨਲ ਰਾਹੀਂ ਵੀ ਤੇ ਕਾਉਂਸਲ 'ਚ ਵੀ ਬਹਿ ਕੇ ਸਾਡੀ ਬੇਨਤੀ ਹੈ ਇਹਨਾਂ ਨੂੰ ਕਿ ਫੰਡ ਦੇਣ, ਤਾਂ ਕਿ ਇਹ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਨੇ ਉਹ ਸਹੀ ਤਰੀਕੇ ਨਾਲ ਪੜ੍ਹ ਪਾਉਣ। ਤੁਸੀਂ ਪੰਜਾਬ ਸਟੇਟ ਬਾਡੀ ਦੇ ਪ੍ਰਧਾਨ ਹੋ NSUI ਦੇ, ਪਰ ਪੰਜਾਬ 'ਚ ਵਿਦਿਆਰਥੀ ਚੋਣਾਂ ਲਗਭਗ 3-4 ਦਹਾਕਿਆਂ ਤੋਂ ਬੰਦ ਨੇ, ਖੜਕੂਵਾਦ ਸਮੇਂ ਤੋਂ, ਉਸ ਤੋਂ ਪਹਿਲਾਂ ਤੋਂ ਬੰਦ ਕਰ ਦਿੱਤੀਆਂ ਗਈਆਂ ਸਨ, ਪਰ ਬੜੇ ਸਮੇਂ ਤੋਂ ਦੁਬਾਰਾ ਮੰਗ ਉੱਠ ਰਹੀ ਹੈ ਕਿ ਪੰਜਾਬ ਦੀਆਂ ਯੂਨੀਵਰਸਿਟੀਜ਼ ਵਿੱਚ ਵੀ, ਪੰਜਾਬ ਦੇ ਕਾਲਜਿਸ ਵਿੱਚ ਵੀ ਵਿਦਿਆਰਥੀ ਕੌਂਸਲਾਂ ਬਣਨ ਅਤੇ ਇਲੈਕਟਡ ਬਾਡੀਜ਼ ਆਉਣ। ਹੁਣ ਵੀ ਬਣਦੀਆਂ ਨੇ, ਹਰ ਕਾਲਜ ਦਾ ਆਪਣਾ ਪ੍ਰਧਾਨ ਹੁੰਦਾ, ਹਰ ਯੂਨੀਵਰਸਿਟੀ ਦਾ ਆਪਣਾ ਪ੍ਰਧਾਨ ਹੁੰਦਾ, ਜਿਹੜਾ ਜਿਹੜਾ ਜਿਹਦਾ ਡੰਡਾ ਚੱਲਦਾ ਹੈ ਬਸ ਉਹਦਾ ਪ੍ਰਧਾਨ ਬਣ ਜਾਂਦਾ ਹੈ। ਕੀ ਇਸ ਪਾਸੇ ਵੱਲ ਚੱਲਣਾ ਚਾਹੋਗੇ ਕਿ ਪੰਜਾਬ 'ਚ ਚੋਣਾਂ ਵੱਲ? ਨਹੀਂ 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 ਦੇਖੋ ਜੀ, ਮੇਰਾ ਜਦੋਂ ਜਿੰਨੀ ਮੇਰੀ ਟਰਮ ਹੈ, ਮੈਨੂੰ 1 ਸਾਲ ਹੋ ਗਏ ਪ੍ਰਧਾਨ ਬਣੇ ਨੂੰ, ਮੈਂ ਅੱਜ ਤੱਕ ਕੋਈ ਬਾਹ ਫੜ ਕੇ ਪ੍ਰਧਾਨ ਨਹੀਂ ਲਾਇਆ ਜੀ, ਨਾ ਮੈਂ ਬਣਾਇਆ ਜਿੱਥੋਂ ਉਹਦੇ ਮਾਂ ਪਿਓ ਉਹਨਾਂ ਦੇ ਤੰਗ ਹੋਣ, ਕਿਉਂਕਿ ਜਿਹੜਾ ਇਹ ਕਾਉਂਸਲ ਹੁੰਦਾ ਨਾ ਜੀ ਸਿੱਧੂ ਸਾਹਿਬ, ਨਹੀਂ 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 ਚੋਣਾਂ ਬੰਦ ਨੇ, ਤਾਂ ਕਰਕੇ ਕਰਨਾ ਪੈਂਦਾ ਨਾ ਇਸ ਤਰ੍ਹਾਂ ਜੇ ਚੋਣਾਂ ਹੋ ਜਾਣ ਫਿਰ ਤਾਂ। ਦੇਖੋ ਜੀ, ਇਹ ਤਾਂ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਤੋਂ ਜੀ, ਠੀਕ ਹੈ ਜੀ, ਇਹ ਤਾਂ ਕਰਨੀ ਹੈ ਸਰਕਾਰ ਨੇ। ਹੁਣ ਇਹ CYSS ਵਾਲੇ ਸਾਰੇ ਇਹਨਾਂ ਦੇ ਮੰਤਰੀ ਬੈਠੇ ਸੀਗੇ ਯੂਨੀਵਰਸਿਟੀ ਦੇ ਵਿੱਚ, ਜੇ ਇਹ ਇੰਨਾ ਇੰਟਰਸਟ ਲੈ ਰਹੇ ਨੇ ਫਿਰ ਪੰਜਾਬ 'ਚ ਚੋਣਾਂ ਕਰਾ ਦੇਣ ਜੀ, ਜੇ ਇੰਨਾ ਜ਼ਿਆਦਾ ਇਹਨਾਂ ਨੂੰ ਇੰਟਰਸਟ ਆ ਫਿਰ ਪੰਜਾਬ 'ਚ ਚੋਣਾਂ ਕਾਹਤੇ ਨਹੀਂ ਹੁਣ ਕਰਾਉਂਦੇ ਇਹ ਜੀ। ਚੱਕਰ ਉਹੀ ਹੈ ਨਾ, ਜੇ ਇੰਨਾ ਜ਼ਿਆਦਾ ਇੱਥੇ ਇਹ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਨੇ, ਫਿਰ ਪੰਜਾਬ ਦੇ ਕਾਲਜ ਵਿੱਚ ਮੈਨੂੰ ਲੱਗਦਾ 4-5 ਕਿਲੋਮੀਟਰ ਦੂਰ ਹੀ ਸ਼ੁਰੂ ਹੋ ਜਾਂਦਾ ਪੰਜਾਬ 'ਚੋਂ, ਫਿਰ ਪੰਜਾਬ 'ਚ ਕਾਹਤੇ ਨਹੀਂ ਇਹ ਚੋਣਾਂ ਕਰਾਉਂਦੇ।
ਫਿਰ ਉਹੀ ਹੈ ਨਾ ਦੋਗਲੀ ਨੀਤੀ ਹੈ ਜੀ ਇਹਨਾਂ ਦੀ, ਉਹ ਹੁਣ ਹੌਲੀ ਹੌਲੀ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਆ ਗਈ, ਪਰ ਬਹੁਤ ਛੇਤੀ ਸਟੂਡੈਂਟਾਂ ਨੂੰ ਸਮਝ ਆਈ ਹੈ। NSUI ਕਾਂਗਰਸ ਦੀ ਜਿਹੜੀ ਹੈ ਜਥੇਬੰਦੀ ਹੈ, ਕਾਂਗਰਸ ਦੇ ਜਿਹੜੇ ਪਿਛਲੇ ਪ੍ਰਧਾਨ ਰਹੇ ਨੇ ਰਾਹੁਲ ਗਾਂਧੀ, ਉਹਨਾਂ ਨੇ ਭਾਰਤ ਜੋੜੋ ਯਾਤਰਾ ਕੀਤੀ ਪੰਜਾਬ ਦੇ ਵਿੱਚ, ਕਾਫੀ ਐਕਟਿਵਲੀ ਜਿਹੜੀ ਹੈਗੀ ਆ ਯਾਤਰਾ ਹੋਈ ਤੇ ਉਹਨੂੰ ਰਿਸਪਾਂਸ ਵੀ ਮਿਲਿਆ। ਉਹਦਾ ਕਿੰਨਾ ਕੁ ਯੋਗਦਾਨ ਮੰਨਦੇ ਹੋ ਕਿ ਯੂਥ ਉਸ ਤੋਂ ਪ੍ਰੇਰਿਤ ਹੋਇਆ ਹੋਏਗਾ NSUI ਵੱਲ ਟਰਨ ਕਰਨ ਵਾਸਤੇ? ਦੇਖੋ ਉਹਦਾ ਬਹੁਤ ਜ਼ਿਆਦਾ ਯੋਗਦਾਨ ਹੈ ਜੀ, ਕਿਉਂਕਿ ਸਾਡੇ ਲੀਡਰ ਨੇ ਜੋੜਨ ਦੀ ਗੱਲ ਕਰੀ ਹੈ, ਸਾਡੇ ਲੀਡਰ ਨੇ ਕਦੇ ਤੋੜਨ ਦੀ ਗੱਲ ਨਹੀਂ ਕਰੀ। ਠੀਕ ਹੈ ਜੀ, ਉਹਦਾ ਯੋਗਦਾਨ ਤਾਂ ਹੈ ਹੀ ਹੈ, ਉਹਦਾ ਯੋਗਦਾਨ ਇਹ ਵੀ ਹੈ ਕਿਉਂਕਿ ਸਾਡੀ ਉਹ ਸੋਚ ਹੁੰਦੀ ਹੈ ਨਾ ਜੀ, ਇੱਕ ਪਾਰਟੀ ਦੀ ਸੋਚ ਹੁੰਦੀ, ਵਿਚਾਰਧਾਰਾ ਹੁੰਦੀ ਹੈ, ਸਾਡੀ ਪਾਰਟੀ ਦੀ ਵਿਚਾਰਧਾਰਾ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਹੈ। PYSS ਦੀ ਵਿਚਾਰਧਾਰਾ ਤੁਸੀਂ ਅੱਜ ਦੇਖ ਰਹੀ ਹੋ, ਝਾੜੂ ਝਾੜੂ ਤੀਲਾ ਤੀਲਾ ਹੋ ਗਿਆ। ABBP ਦੀ ਵਿਚਾਰਧਾਰਾ ਤੁਸੀਂ ਮਨੀਪੁਰ ਚ ਦੇਖ ਲਈ, ਕਿੱਦਾਂ ਸਾਡੀ ਭੈਣਾਂ ਨਾਲ ਉੱਥੇ ਕੀ ਹੋਇਆ। ਇਹ ਵਿਚਾਰਧਾਰਾ ਉੱਤੋਂ ਥੱਲੇ ਤੱਕ ਟਰੈਵਲ ਕਰਦੀ ਆ। CYSS ਦਾ ਨਾਲ 1 ਸਾਲ ਹੋਇਆ ਪਾਰਟੀ ਬਣੀ ਨੂੰ, ਸਾਡੀ ਪਾਰਟੀ ਤਾਂ ਬਹੁਤ ਪੁਰਾਣੀ ਹੈ ਜੀ। ਜੀ 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 ਪਹਿਲਾਂ ਮੈਂ ਆਖਰੀ ਸਵਾਲ ਲੈ ਰਿਹਾ, ਹੁਣ ਨਵੀਂ ਬੋਡੀ 'ਚ ਜਦੋਂ ਤੁਸੀਂ ਬੈਠ ਰਹੇ ਆ, ਤੁਹਾਡੇ ਵੱਲੋਂ ਤੁਹਾਡੇ ਪ੍ਰਧਾਨ ਜਿਹੜੇ ਨੇ ਅਗਵਾਈ ਕਰਨਗੇ, ਤਾਂ ਪਹਿਲਾ ਕਦਮ ਆਪਾਂ, ਬਾਕੀ ਤਾਂ ਚੋਣ ਮਨੋਰਥ ਪੱਤਰ ਤੁਹਾਡਾ ਬਹੁਤ ਕੁਛ ਕਹਿ ਰਿਹਾ ਤੁਸੀਂ, ਪਹਿਲਾ ਕਦਮ ਇਹ ਹੋਊਗਾ ਜੀ, ਜਿਹੜੀ ਮੈਂਸਟਰੇਸ਼ਨ ਲੀਵ ਹੈ ਇਹਨੂੰ ਅਸੀਂ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਜੀ, ਕਿ ਤਾਂ ਕਿ ਜੋ ਕਿ ਸਾਡੀ ਭੈਣਾਂ ਨੇ ਸਾਨੂੰ ਇੰਨਾ ਵੱਡਾ ਉਹ ਦਿਆ ਹੈ ਕਿ ਉਹ ਅਪਲਾਈ ਹੋਵੇ ਤੇ ਉਹਦੇ ਨਾਲ ਹੀ ਅਸੀਂ ਕਾਉਂਸਲ ਦੇ ਵਿੱਚ ਅੱਗੇ ਕੰਮ ਕਰਾਂਗੇ ਜੀ। ਬਹੁਤ ਸ਼ੁਕਰੀਆ ਜੀ ਦੈਨਿਕ ਸਿਰਣ ਸਮਾਂ ਦੇਣ ਵਾਸਤੇ। ਥੈਂਕ ਯੂ।